कबड्डी में भारत का नाम देश विदेश में रोशन करने वाले अंतर्राष्ट्रीय कबड्डी खिलाड़ी सुखमन चोहला साहिब का गत रात हार्ट अटैक से निधन हो गया। 27 वर्षीय इस कबड्डी खिलाड़ी ने विदेशों में अंतर्राष्ट्रीय स्तर पर कबड्डी खेल में अपनी प्रतिभा का लोहा मनवाते हुए विदेशों में भी अपनी धूम मचा रखी थी। चोहला साहिब की ऐतिहासिक धरती पर जन्म लेने वाले इस अंतर्राष्ट्रीय खिलाड़ी के दादा कपूर सिंह, पिता कुलवंत सिंह खुद कबड्डी के नाम पर खिलाड़ी रहे हैं। सुखमन चोहला साहिब का छोटा भाई अरसदीप सिंह भी अंतर्राष्ट्रीय कबड्डी खिलाड़ी है। कस्बा चोहला साहिब के दुकानदारों ने इस अंतर्राष्ट्रीय खिलाड़ी को श्रद्धांजलि देने के लिए आज अपनी दुकानें बंद रखी। सुखमन चोहला साहिब की अंतिम संस्कार के मौके पर शिरोमणि गुरुद्वारा प्रबंध कमेटी के सदस्य गुरबचन सिंह करमूवाला, पूर्व विधायक रविंदर सिंह ब्रह्मपुरा, इकबाल सिंह संधु सहित हजारों की संख्या में इनके प्रशंसकों ने श्रद्धांजलि भेंट की। ਦੇਸ਼ਾਂ ਦੇ ਵਿੱਚ ਸਭ ਕੋਈ ਦੇਸ਼ ਹੋਵੇ ਜਿੱਥੇ ਨਹੀਂ ਖੇਡਿਆ, ਕਨੇਡਾ ਵੀ ਬੈਠ ਨਿਕਲਿਆ, ਇੰਗਲੈਂਡ ਵੀ ਬੈਠ ਨਿਕਲਿਆ, ਯੂਰਪ ਦੇ ਜਿੰਨੇ ਵੀ ਦੇਸ਼ ਉੱਥੇ ਬੈਠ ਨਿਕਲਿਆ। ਹੁਣ ਜਿਹੜਾ ਉਹਨਾਂ 30 ਤਰੀਕ ਨੂੰ ਉਹਨਾਂ ਡੁਬਈ ਜਾਣਾ ਫਿਰ 28 ਤਰੀਕ ਦੀ ਟਿਕਟ ਹੋਈ ਹੋਈ। ਬਾਕੀ ਵਾਹਿਗੁਰੂ ਦਾ ਜੋ ਮਿਲ ਜਾਵੇ। ਇਹ ਕਿੰਨੇ ਬੇਟੇ ਤੁਹਾਡੇ ਨੇ? 2 ਐਨਰ ਅਰਸ਼ਦੀਪ ਚੋਹਲਾ ਸਾਹਿਬ ਅਤੇ ਸੁਖਮਨ ਚੋਹਲਾ। ਅਰਸ਼ਦੀਪ ਜਿਹੜਾ ਚੋਹਲਾ ਸਾਹਿਬ ਉਹ ਵੀ ਇੰਟਰਨੈਸ਼ਨਲ ਪਲੇਅਰ, ਦੂਸਰਾ ਮਤਲਬ ਕਿ ਕਰੀਅਰ ਬੇਟਾ। ਹਾਂਜੀ ਉਹ ਵੀ ਇੰਟਰਨੈਸ਼ਨਲ ਪਲੇਅਰ ਹੈ ਬੇਟਾ। ਹਾਂ ਕਬੱਡੀ ਦਾ ਜੌਕੀ ਹੈ, ਬੈਸਟ ਹੈ। ਕਨੇਡਾ ਦਾ ਕਿਡਾਸਟ ਜਿਹੜਾ ਉਹ ਨਿਕਲਿਆ ਵੈਲ ਕੋਵਰ ਦਾ, ਅਤੇ ਆਪਣਾ ਵਰਲਡ ਕੱਪ ਜਿਹੜਾ ਕਨੇਡਾ ਦਾ ਅਤੇ ਸਾਡਾ ਬੇਟਾ ਸੁਖਮਨ ਸਿੰਘ ਅੱਜ ਸਾਨੂੰ ਛੋੜਾ ਦੇ ਗਿਆ। ਇਹ ਇੰਟਰਨੈਸ਼ਨਲ ਪਲੇਅਰ ਸੀ, ਇਹਦੇ ਨਾਲ ਦਾ ਪਲੇਅਰ ਨਾ ਕੋਈ ਦੁਨੀਆ 'ਚ ਹੋਇਆ ਅਜੇ ਤੱਕ। ਇਹਦਾ ਸਾਨੂੰ ਬਹੁਤ ਪਿੰਡ ਨੂੰ ਅਤੇ ਇਲਾਕੇ ਨੂੰ ਬਹੁਤ ਮਾਣ ਸੀ, ਅਤੇ ਦੇਸ਼ਾਂ ਵਿਦੇਸ਼ਾਂ 'ਚ ਲੋਕ ਮਾਣ ਕਰਦੇ ਸੀ। ਅੱਜ ਤੁਸੀਂ ਆਪ ਵੀ ਵੇਖ ਸਕਦੇ ਜੋ ਕਿੰਨੇ ਇੱਥੇ ਲੋਕ ਆਏ ਨੇ, ਦੂਰੋਂ ਅਫਸੋਸ ਕਰਨਾ ਸਾਨੂੰ ਇਹਦਾ ਬਹੁਤ ਘਾਟਾ ਪਿਆ। ਇਹ ਸਾਡੇ ਪਿੰਡ ਦਾ ਮਾਣ ਸੀ। ਮਾਝੇ ਦੀ ਕਬੱਡੀ ਜੋ ਵੀ ਇੱਥੇ ਦੂਰੋਂ ਦੂਰੋਂ ਲੋਕ ਵੇਖਣ ਆਉਂਦੇ ਸੀ ਮੈਚ, ਜਿੱਥੇ ਸੁਖਮਨ ਅਤੇ ਫਰੰਦੀਪੁਰ ਦਾ ਮੈਚ ਹੁੰਦਾ ਸੀ, ਬਹੁਤ ਦੂਰੋਂ ਦੁਨੀਆ, ਜੇ ਸਾਡੇ ਇੱਧਰ ਇਲਾਕੇ 'ਚ ਮੈਚ ਹੁੰਦਾ ਸੀ ਅਤੇ ਖੇਮ ਕਰਨ ਵੱਲੋਂ ਲੋਕ ਵੇਖਣ ਆਉਂਦੇ ਸੀ, ਜੇ ਖੇਮ ਕਰਨ ਮੈਚ ਹੁੰਦਾ ਸੀ ਅਤੇ ਇੱਧਰੋਂ ਵੇਖਣ ਜਾਂਦੇ ਲੋਕ। ਮਾਝੇ ਦੀ ਸਾਡੀ ਕਬੱਡੀ ਜਿਹੜੀ ਆ ਉਹ ਸੁਖਮਨ ਦੇ ਨਾਲ ਸੀ, ਇਹ ਹੁਣ ਖਤਮ ਹੋ ਗਈ। ਮਾਝੇ ਦੀ ਕਬੱਡੀ ਸਾਨੂੰ ਬਹੁਤ ਘਾਟਾ ਪਿਆ ਸੁਖਮਨ ਦੇ ਜਾਣ ਨਾਲ, ਇਹ ਨਾ ਪੂਰਾ ਵਾਲਾ ਘਾਟਾ ਹੈ। ਹਾਂਜੀ ਇਹ ਤਾਂ ਜੀ ਸਵੇਰ ਤੋਂ ਹੀ ਜਦੋਂ ਤੋਂ ਮੋਬਾਈਲਾਂ ਦੇ ਉੱਤੇ ਸੰਗਤ ਨੇ ਵੇਖਿਆ ਵੀ ਹਰ ਥਾਂ 'ਤੇ ਇਹ ਇਲਾਕੇ 'ਚ ਨਾ ਹੀ ਬਾਹਰਲਿਆਂ ਆਪਣੇ ਜਿੱਦਾਂ ਮਾਲਵਾ ਦੁਆਬਾ ਸਾਰਿਆਂ 'ਚੋਂ ਲੋਕਾਂ 'ਚ ਖੂਨ ਆਉਣ ਲੱਗ ਪਏ ਵੀ ਇਹ ਕੀ ਕਾਰਨ ਬਣ ਗਿਆ ਜਿਹੜਾ ਇੱਡਾ ਹੋਣਹਾਰ ਖਿਡਾਰੀ। ਅਜੇ ਥੋੜ੍ਹੇ ਦਿਨ ਹੀ ਹੋਏ ਜੀਰਾ ਸਾਈਡ ਖੇਡ ਕੇ ਵੀ ਆਏ ਉਹ ਇਲਾਕੇ ਦੇ ਵਿੱਚ, ਬਾਹਰਲਿਆਂ ਦੇਸ਼ਾਂ ਦੇ ਵਿੱਚ ਵੀ ਨਾ ਇਸ ਚੋਹਲੇ ਸਾਹਿਬ ਦਾ ਨਹੀਂ ਤਰਨ ਤਾਰਨ ਜ਼ਿਲ੍ਹੇ ਰਹੀ, ਨਾ ਹੀ ਇੱਡੇ ਵੱਡੇ ਵੱਡੇ ਉਹ ਤਾਂ ਜੰਮ ਨਹੀਂ ਸਕਦੀਆਂ ਮਾਵਾਂ ਜਿਹੜੇ ਇੱਡੇ ਖਿਡਾਰੀ, ਬਹੁਤ ਘੱਟ ਆ ਗਿਆ। ਬਹੁਤ ਦੁਖਦਾਈ ਗੱਲ ਹੈ ਜੀ, ਬਹੁਤ ਮਾੜੀ ਗੱਲ ਹੋਈ। ਬਹੁਤ ਨੌਜਵਾਨ ਜਿਹਨੇ ਸਿਰਫ ਚੋਹਲੇ ਦਾ ਨਾਮ ਨਹੀਂ ਸੁਖਮਨ ਚੋਹਲਾ ਕਰਕੇ ਬਹੁਤ ਨਾਮ ਮਸ਼ਹੂਰ ਕੀਤਾ, ਕਿਉਂਕਿ ਬਹੁਤ ਸਾਫ਼ ਸੁਥਰੀ ਕਬੱਡੀ ਖੇਡਦਾ, ਬਹੁਤ ਤਾਕਤਵਰ ਸੀ। ਸੋ ਇਹਨੇ ਚੋਹਲੇ ਦਾ ਨਾਮ ਨਹੀਂ ਉੱਚਾ ਕੀਤਾ, ਪੰਜਾਬ ਦਾ ਨਾਮ ਉੱਚਾ ਕੀਤਾ, ਹਿੰਦੁਸਤਾਨ ਦਾ ਨਾਮ ਉੱਚਾ ਕੀਤਾ। ਜਦੋਂ ਕਿਤੇ ਬਾਹਰ ਦੀ ਦੁਨੀਆ ਦੇ ਵਿੱਚ ਜਾ ਕੇ ਬਾਹਰਲੇ ਮੁਲਕਾਂ 'ਚ ਖੇਡਦਾ ਸੀ, ਸੁਖਮਨ ਚੋਹਲਾ ਆਉਂਦੀ ਸੀ। ਬਹੁਤ ਵੱਡਾ ਇਹਨੇ ਨਾਮਣਾ ਖੱਟਿਆ ਵਾ। ਸੋ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਵੀ ਇਸ ਸਮੇਂ 'ਤੇ ਦੁੱਖ ਦਾ ਜ਼ਾਹਰ ਕਰਦਾ ਵਾਂ ਅਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਜਿਹੜਾ ਵੱਡਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਪਰਿਵਾਰ ਨੂੰ, ਸੱਚੇ ਪਾਤਸ਼ਾਹ ਤੂੰ ਹੀ ਇਹਨਾਂ ਦੀ ਸਹਾਇਤਾ ਕਰੀ, ਇਹਨਾਂ ਨੂੰ ਢਾਸ ਦੇਵੀ। ਬਹੁਤ ਵੱਡੀ ਤਕਲੀਫ ਆਈ, ਵੱਡੀ ਦੁੱਖ ਆਈ। ਬਹੁਤ ਮਾੜਾ ਹੋਇਆ, ਬਹੁਤ ਜ਼ਿਆਦਾ ਮਾੜਾ ਹੋਇਆ। ਇਹਨਾਂ ਦਾ ਦਾਦਾ ਜੀ ਸੀ ਜਿਹੜਾ ਅਕਬਾਲ ਕਪੂਰ ਸਿੰਘ, ਉਹ ਵੀ ਕਬੱਡੀ ਦਾ ਪਲੇਅਰ ਸੀ, ਬਹੁਤ ਵਧੀਆ ਕਬੱਡੀ ਖੇਡਦਾ ਰਿਹਾ। ਉਸ ਤੋਂ ਬਾਅਦ ਇਹਦਾ ਤਾਇਆ ਜੀ ਸੀ ਮਨਮੋਹਨ ਸਿੰਘ, ਉਹ ਵੀ ਬਹੁਤ ਵਧੀਆ ਕਬੱਡੀ ਖੇਡਦਾ ਸੀ। ਕੁਲਵੰਤ ਵੀ ਡੈਡੀ ਇਹਨਾਂ ਦਾ ਵੀ ਖੇਡਦਾ ਸੀ ਕਬੱਡੀ। ਬਾਕੀ ਇਹਨਾਂ ਮੁੰਡਿਆਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ।
ਸਾਡੇ ਲੱਗੋ ਦਾ ਬਹੁਤ ਉੱਚਾ ਨਾਂ ਕੀਤਾ ਹੈ ਪਰ ਜਿਵੇਂ ਰੱਬ ਨੂੰ ਮਨਜ਼ੂਰ ਆ ਉਵੇਂ ਚੰਗਾ ਲੱਗਦਾ ਜੀ ਸਾਡੇ ਲੱਗੋ ਨੂੰ ਬਹੁਤ ਘੱਟ ਲੱਗਦਾ ਇਹਨਾਂ ਦੇ ਬਾਬੇ ਦੇ ਨਾਲ ਵੀ ਪੜਦਾਦੇ ਦੇ ਨਾਲ ਵੀ ਬਹੁਤ ਪਰਿਵਾਰ ਚੰਗਾ ਸੀ ਇਹਨਾਂ ਦਾ ਜਿਹੜਾ ਪਿਓ ਸੀ ਬਾਬਾ ਇਹਨਾਂ ਦਾ ਉਹ ਵੀ ਕੁੰਡੀ ਖੇਡਦਾ ਹੁੰਦਾ ਇਹ ਵੀ ਕੁੰਡੀ ਖੇਡਦੇ ਤੇ ਚੋਲੇ ਦਾ ਨਾਮ ਇਹਨਾਂ ਦੇ ਸਿਰ 'ਤੇ ਕਿਤੇ ਜਾਣਾ ਬਾਹਰ ਤਾਂ ਆਖਣਾ ਕਿੱਥੋਂ ਦੇ ਗਿਆ ਹੈ ਚੋਲਾ ਸਾਹਿਬ ਦੇ ਕਿਹੜੇ ਸੁਖਹੁਣ ਦੇ ਪਿੰਡ ਦੇ ਘਾਟਾ ਐਡਾ ਪਿਆ ਵਾ ਪੰਜਾਬ ਨੂੰ ਘਾਟਾ ਪਿਆ ਪਿੰਡ ਨੂੰ ਘਾਟਾ ਕਿਧਰੇ ਇਲਾਕੇ ਨੂੰ ਘਾਟਾ ਪਿਆ ਪੰਜਾਬ ਨੂੰ ਘਾਟਾ ਪਿਆ ਬਹੁਤ ਕਬੱਡੀ ਨੇ ਬਹੁਤ ਜ਼ਿਆਦਾ ਘਾਟਾ ਪਿਆ